ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਲਡਨ ਟੈਂਪਲ ਦਰਬਾਰ ਸਾਹਿਬ ਨੇ ਭੀੜ ਹੈ। ਬਾਬਾ ਸਾਹਿਬ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੀਏ, ਆਪਕੋ ਦਰਸ਼ਨ ਕਰਾਏ ਦਰਬਾਰ ਸਾਹਿਬ, ਗੋਲਡਨ ਟੈਂਪਲ। ਚਲੀਏ, ਦਰਸ਼ਨ ਕਰਤੇ ਖੁਦ ਵੀ ਪ੍ਰਾਪਤ ਵੀ ਕਰ। ਸ਼ਾਮ ਕਾ ਸਮੇਂ, ਅਭੀ ਜਸਟ ਲਾਈਟਸ ਚਾਲੂ ਹੋਈ ਹੈ ਦਰਬਾਰ ਸਾਹਿਬ ਮੇਂ। ਚਲੀਏ, ਹਮਾਰੇ ਸਾਥ ਸਾਥ ਸੰਧਿਆ ਵੇਲੇ ਕੀ ਸਮੇਂ ਦਰਸ਼ਨ ਕੀਜੀਏ। ਅੱਜ ਸੰਡੇ ਹੈ ਤਾਂ ਅੱਛੀ ਖਾਸੀ ਭੀੜ ਹੈ। ਦਰਸ਼ਨ ਕਰੋ ਜੀ। ਧੰਨ ਗੁਰੂ ਰਾਮਦਾਸ। ਸੰਡੇ ਹੋਣ ਕੇ ਕਾਰਨ ਕਾਫੀ ਭੀੜ ਹੈ। ਬਾਬਾ ਦੀਪ ਸਿੰਘ ਜੀ ਕਾ ਸ਼ੀਸ਼ ਯਹਾਂ ਪੇ ਗਿਰਾ ਥਾ, ਆਪਕੋ ਸ਼ਹੀਦੇ ਵਾਲੇ ਅੱਗੇ ਵੀ ਲੈ ਕੇ ਜਾਏਂਗੇ। Thank you.
समाप्ति की तरफ समय दरबार साहिब का 8:50। दर्शन करके आ गए अकाल तख्त नीरी पीरी निशान साहिब, जो कि हुण बदल चुका है। अकाल तख्त साहिब मेरी साहिब है बाबा बुड्ढा साहिब जी, मेरी बाबा बुड्ढा साहिब जी। जाने मेरा लंगर साहब के आजू बाजू में जो दो बड़े बड़े टावर दिख रहे हैं, ये बुंगा साहब जो पुरातन समय में लोग आते थे वो इसी में रहते थे। ये बेरी साहब है दुख भजनी
ਬੇਰੀ ਸਾਹਿਬ ਮੂੰਗਾ ਰਾਮਗੜੀਆ ਇਹ ਉੱਪਰ ਟਾਈਲ ਲਗਾਈ ਗਈ ਹੈ ਜੋ ਦਿੱਲੀ ਕੇ ਤਖ਼ਤ ਪੇ ਲਗੀ ਥੀ ਉਹ ਘਸੀਟ ਕੇ ਯਹਾਂ ਲਾਈ ਗਈ ਹੈ ਦੇਖਤੇ ਉੱਪਰ ਜਾਣੇ ਮਿਲਾ ਤਾਂ ਆਪਕੋ ਦਿਖਾਏਂਗੇ ਜ਼ਰੂਰ ਬੇਰੀ ਸਾਹਿਬ ਦੁਬਜਨੀ ਸਾਹਿਬ ਯਹਾਂ ਪੇ ਇਸ਼ਨਾਨ ਕਰਨ ਸੇ ਅੱਛੇ ਸੇ ਅੱਛੇ ਰੋਗੋ ਸੇ ਮੁਕਤੀ ਮਿਲਤੀ ਹੈ ਜੋ ਮਨ ਸੇ ਇਸ਼ਨਾਨ ਕਰੇ ਗੁਰੂ ਉਨਕੀ ਸੁਣਤਾ ਹੈ ਦੁਬਜਨੀ ਸਾਹਿਬ ਦਰਬਾਰ ਸਾਹਿਬ ਕੀ ਆਪਕੋ ਪੂਰੀ ਪਰਿਕਰਮਾ ਕਰਾਈ ਹੈ ਹਮਨੇ ਵੀ ਕੀ ਹੈ ਆਪਕੋ ਵੀ ਕਰਾਈ ਹੈ ਹਮਾਰੇ ਸਾਥ ਸਾਥ ਆਪਨੇ ਵੀ ਕੀ ਇਸ ਵੀਡੀਓ ਕੋ ਪੂਰਾ ਦੇਖੀਏ ਅੱਛਾ ਲਗੇ ਤਾਂ ਗੁਰੂ ਕਾ ਨਾਮ ਜ਼ਰੂਰ ਲਿਖੀਏ ਵਾਹਿਗੁਰੂ ਜ਼ਰੂਰ ਲਿਖ ਕੇ ਭੇਜੀਏ ਸਭ ਕੇ ਦੁੱਖ ਦੂਰ ਕਰੇ ਵਾਹਿਗੁਰੂ ਦਰਬਾਰ ਸਾਹਿਬ ਗੋਲਡਨ ਟੈਂਪਲ ਕੀ ਦਰਸ਼ਨ ਕਰਾਏ ਗੁਰੂ ਕਾ ਨਾਮ ਲੇਤੇ ਹੋਏ ਇਸ ਬਲੋਕ ਕੋ ਹੀ ਸਮਾਪਤ ਕਰਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਬਿੰਦ ਘਾਟ ਪਹੁੰਚ ਚੁੱਕੇ ਹਾਂ ਹਮ ਲੋਕ ਮੈਂ ਰਿਸ਼ਮਿਤ ਜਾ ਰਹੇ ਹਾਂ ਨੀਚੇ ਔਰ ਬੱਸ ਨੇ ਹਮਕੋ ਛੋੜ ਦਿਆ ਹੈ ਗੋਬਿੰਦ ਘਾਟ ਪਹੁੰਚ ਰਹੇ ਹਾਂ ਚਲੀਏ ਇਸ ਬਲੋਕ ਕੋ ਇਧਰ ਹੀ ਸਮਾਪਤ ਕਰਤੇ ਹੈ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਬਾਏ